ਇਸ ਸਕਰੀਮ ਵਿੱਚ ਕਿਹੜੀ ਇਤਨੀ ਖਾਸ ਗੱਲ? ਇਹ ਤਾਂ ਸਕਰੀਮ ਬਹੁਤ ਮਜ਼ੇ ਨਹੀਂ ਹੈ, ਅਸਾਂ ਬਹੁਤ ਪਸੰਦ ਹੈ। ਮੈਂ CMH ਤੋਂ ਵਾਪਸ ਆਇਆ ਪਰ ਸਕਰੀਮ ਖਾ ਕੇ ਘਰ ਵੈਸਾ। ਗੱਲਾਂ ਕਰਸਾ ਖਰੀਆਂ ਸਾਹਿਬ ਸੱਚੀਆਂ ਤੇ ਸੁੱਚੀਆਂ। ਅਸਲਾਮੁ ਅਲੈਕੁਮ ਵੀਰੋ ਭਰਾਓ ਭੈਣੋ, ਕੀ ਹਾਲ ਹੈ? ਠੀਕ ਹੋ? ਰਾਜੀ ਭਾਜੀ ਹੋ? ਕਾਰਪਾ ਸਾਹਿਬ ਖੈਰ ਖਰੀਏ ਤੇ ਨਿੱਕੇ ਜਿਹੇ ਹੋਣੇ ਆ ਸਾਊਦੀ ਅਰਬ 'ਚੋਂ ਪੈਸੇ ਆਉਣੇ ਹੋਣੇ ਅਤੇ ਬੈਂਕ ਹੋਣਾ ਸਿਰਫ ਅਸਲ ਮਾਰਕੀਟ ਨੇ ਵਿੱਚ ਅਤੇ ਅੰਮੀ ਨਾਲ ਆਉਣੇ ਹੋਣੇ ਆ ਅਤੇ ਇੱਥੋਂ ਬੈਂਕ ਵਿੱਚੋਂ ਪੈਸੇ ਕਢਾ ਕੇ ਅਤੇ ਵਿੰਨੇ ਹੋਣੇ ਆ ਅਤੇ ਮੈਨੂੰ ਨਾਲ ਉਹ ਇੱਕ ਸਕਰੀਮ ਵੀ ਖਾਣੇ ਹੋਣੇ ਆ ਅਤੇ ਬੜੀ ਪੁਰਾਣੀ ਦੁਕਾਨ ਹੈ ਕੋਨ ਸਕਰੀਮਾਂ ਨਹੀਂ ਅਸਲ ਮਾਰਕੀਟ ਨੇ ਵਿੱਚ ਵਾਕੈਂਟ ਅਸਲ ਮਾਰਕੀਟ ਨਾ ਨਾ ਤੇ ਤੁਸੀਂ ਸੋਹਣਾ ਪਿਓ ਸੀ ਬੜੀ ਚਹਿਲ ਕਦਮੀ ਹੋਣੀ ਹੈ ਜੀ ਬੜੀ ਬਾਹਰ ਹੋਣੀ ਹੈ ਜੀ ਇੱਕ ਦੋ ਰਿਹਾ ਫਿਰ ਉਸ ਤੋਂ ਬਾਅਦ ਬਸਤੀ ਆ ਗਏ ਅਤੇ ਬਸਤੀ ਵਾਲੀ ਸਾਈਡ 'ਚ ਬਾਰਾ ਸ਼ੁਰੂ ਹੋ ਗਿਆ ਅਤੇ ਅੱਜ ਤੁਸੀਂ ਪੁਰਾਣੀ ਦੁਕਾਨਾਂ 'ਚ ਆਏ ਪਏ ਹਾਂ ਪੁਰਾਣੇ ਚਿਹਰੇ 'ਚ ਨਹੀਂ ਨਜ਼ਰ ਪਿਆ ਨੇ ਖੈਰ ਨਵੇਂ ਚਿਹਰੇ ਨਜ਼ਰ ਪਿਆ ਨੇ ਅਤੇ ਸਕਰੀਮਾਂ ਨੇ ਉੱਥੇ ਜ਼ਰਾ ਗੱਪਸ਼ੱਪ ਮਾਰਸਾਂ ਅਤੇ ਸਕਰੀਮ ਖਾਣਾ ਤੁਸੀਂ ਵੀ ਆਈਓ ਪੂਰੀ ਵੀਡੀਓ ਵੇਖਣੀ ਕਮੈਂਟ ਵਿੱਚ ਲਾਈਕ ਵੀ ਦੇਣੀ ਹੈ ਅਤੇ ਇਸ ਵੀਡੀਓ ਸ਼ੇਅਰ ਵੀ ਕਰਨਾ। ਲਾਲਾ ਕਿੰਨੇ ਟਾਈਮ 'ਚ ਆ ਰੇਡੀ ਦੁਕਾਨ ਹੈ ਤੁਸਾਂ? ਇਹ ਜੀ ਜਨਾਬ 1988 'ਚ ਦੁਕਾਨ ਚੱਲ ਰਹੀ ਹੈ। 1988 ਤੋਂ ਕੌਣ ਕਰਨਾ ਹੈ ਪਹਿਲੇ ਦੁਕਾਨ? ਇਹ ਬਜ਼ੁਰਗ ਹੋਰੇ ਪਹਿਲੇ ਹੁਣ ਵੀ ਆਉਣੇ ਉਹ ਸ਼ਾਮੀ ਕਿਸੇ ਟਾਈਮ ਕੱਢ ਵਾ ਦਾਣੇ ਲੈ ਕੇ ਨੇ ਕਿ ਕਾਫੀ ਟਾਈਮ ਉਹਨਾਂ ਇੱਥੇ ਸਰਵ ਕੀਤਾ। ਵੈਰੀ ਗੁੱਡ, ਬਿਹਤਰੀਨ ਹੋ ਗਿਆ। ਮੇਰੇ ਨਾਲ ਇੱਕ ਹੋਰ ਭਰਾ ਖਲੋਤਾ ਪਿਆ ਤਾਂ ਸਕਰੀਮ ਵੀ ਢਲਣੀ ਅਤੇ ਮੈਂ ਆਹਨਾ ਕਿ ਜ਼ਰਾ ਇਸ ਬਰਾਊਨ ਜਾਂ ਸਕਰੀਮ ਢਲਣੇ ਤੋਂ ਪਹਿਲੇ ਪਹਿਲੇ ਗੱਲਾਂ ਬਾਤਾਂ ਕਰਕੇ। ਲਾਲਾ ਕੀ ਹਾਲ ਹੈ? ਅਲਹਮਦੁਲਿਲਾ ਸ਼ੁਕਰ ਅਲਹਮਦੁਲਿਲਾ। ਕਿੱਥੋਂ ਆਏ? ਕਿੱਥੋਂ? ਲੋਸਰਾ ਤੋਂ ਜੀ। ਲੋਸਰਾ ਤੋਂ ਕਿਉਂ ਆਏ? ਕਿਉਂ? ਸਕਰੀਮ ਖਾਣੇ ਆ ਸਪੈਸ਼ਲ। ਇਸ ਸਕਰੀਮ ਵਿੱਚ ਕਿਹੜੀ ਇਤਨੀ ਖਾਸ ਗੱਲ? ਇਹ ਤਾਂ ਸਕਰੀਮ ਬਹੁਤ ਮਜ਼ੇ ਨਹੀਂ ਹੈ, ਅਸਾਂ ਬਹੁਤ ਪਸੰਦ ਹੈ। ਮੈਂ CMH ਤੋਂ ਵਾਪਸ ਆਇਆ ਪਰ ਸਕਰੀਮ ਖਾ ਕੇ ਘਰ ਵੈਸਾਂ। ਮਜ਼ਾ ਆਇਆ ਕਿਆ? ਇਹ ਸਕਰੀਮ ਜਿਹੜੀ ਚਾਹੀ ਪਈ ਨਹੀਂ ਕਿਤਨੇ ਕਿਤਨੇ ਨੇ ਦਿੱਤੀ ਨਾ? ਇਹ ਨਾ ਦਿੱਤੀ 50-50 ਰੁਪਏ ਨੇ ਜੀ। ਵੇਖੋ 50 ਰੁਪਏ 'ਚ ਪੁਰਾਣਾ ਟੇਸਟ ਹੈ, ਮਜ਼ੇ ਨਾਲ ਟੇਸਟ ਹੈ। ਇਹ ਜੀ ਸਕਰੀਮ ਕਿਤੇ ਵੀ ਲੱਭਣੀ 50 ਰੁਪਏ ਨੂੰ। ਅੱਛਾ, ਕੀ ਐਸੀ ਕਿਹੜੀ ਖਾਸ ਗੱਲ ਹੈ, ਕਿਹੜੀ ਐਸੀ ਖਾਸ ਵਜ੍ਹਾ ਵੇ? ਬਸ ਇਹ ਮੁਹੱਬਤ ਹੈ ਭਾਈ ਹੋਰਾਂ ਨਹੀਂ ਔਰ ਬੜਾ ਪੁਰਾਣਾ ਧੱਲਾ ਕਿ ਇਹਨਾਂ ਨਾਲ ਸਕਰੀਮਾਂ ਖਾਣੇ ਵਾਲਾ ਸਾਨਾ। ਵੈਰੀ ਗੁੱਡ ਭਾਈ, ਹੁਣ ਨਾਲ ਮੇਰੇ ਖਿਆਲ ਤਾਂ ਤੁਸੀਂ ਖਾਣਾ ਵੀ ਸ਼ੁਰੂ ਕਰੋ, ਢਲਣੀ ਪੈਣੀ ਜ਼ਰਾ ਰੱਖਾਓ ਵਿੱਚ ਸਹੀ। ਹੁਣ ਮੈਂ ਦੱਸੋ ਕਿ ਲਾਲਾ ਹੋਰੀ ਆਉਣੇ ਹੋਣੇ ਨੇ, ਬਜ਼ੁਰਗ ਆਉਣੇ ਨੇ? ਜੀ ਆਉਣੇ ਰਹਿਣਾ। ਅੱਛਾ, ਇਸ ਸਕਰੀਮਾਂ 'ਚ ਪਾਣੀ ਕੀ ਕੁਝ ਹੋ ਤੁਸੀਂ? ਇਹ ਸਾਰਾ ਇੰਪੋਰਟਡ ਮਾਲ ਪਾਣੇ ਆ ਜੀ। ਠੀਕ ਹੈ ਠੀਕ, ਫਿਰ ਇਨਸ਼ਾਅੱਲਾ ਤੁਹਾਡਾ ਮੁਲਾਕਾਤ ਹੋਣੀ। ਹਾਂਜੀ, ਇੰਪੋਰਟਡ ਚੀਜ਼ਾਂ ਪਾਣੇ ਆ, ਇੰਪੋਰਟਡ ਮਸ਼ੀਨਾਂ ਹੀ ਆ ਸਭ ਤੋਂ ਬੜੀ ਗੱਲ ਹੈ। ਉਸ ਤੋਂ ਬਾਅਦ ਸਾਰੇ ਫਲੇਵਰ ਇਸ ਟਾਈਮ ਇੰਪੋਰਟਡ ਹੈ, ਕੁਆਲਿਟੀ ਜਿਹੜੀ ਹੈ ਮੇਨਟੇਨ ਰੱਖੀ ਪਈ ਆਪਣੇ। ਕੁਆਲਿਟੀ ਉਹ ਹੀ ਪੁਰਾਣੀ ਰੱਖੀ ਪਈ? ਉਹ ਹੀ ਪੁਰਾਣੀ, ਉਸ ਤੋਂ ਬੜਾਈ ਕੱਢ ਨਹੀਂ ਕੀਤੀ। ਅੱਛਾ, ਮਾਸ਼ਾਅੱਲਾ ਜੀ, ਇੱਕ ਦਫਾ ਤੁਸੀਂ ਸਾਹਿਬ ਜ਼ਰੂਰ ਆਣਾ ਤੇ ਮੇਰਾ ਵੀ ਦਿਲ ਕਰ ਗਿਆ ਸਕਰੀਮ ਸ਼ਿਮ ਖਾਣੇ ਤੇ। ਅਸਾਂ ਖਲਾਸੋ ਕੋਈ ਸਕਰੀਮ ਸ਼ਿਮ? ਜੀ ਜੀ ਬਿਲਕੁਲ ਖਲਾਸਾਂ ਜੀ। ਕੀ ਰੇਟ ਸ਼ੇਟ ਕੀ ਨੇ? ਸਾਰਾ ਛੋਟੀ ਕਿਤਨੇ ਨਹੀਂ ਵੱਡੀ ਕਿਤਨੇ ਨਹੀਂ? ਰੇਟ ਅਸਾਂ ਜੀ ਫਿਲਹਾਲ ਤਾਂ ਪੁਰਾਣੇ ਹੀ ਹੈ, 50 ਰੁਪਏ ਨੇ ਸਮਾਲ ਹੈ, 100 ਨੇ ਮੀਡੀਅਮ ਹੈ ਤੇ 150 ਰੁਪਏ ਨੇ ਲਾਰਜ ਹੈ। ਵੈਫਲ ਕੋਨ ਹੈ ਅਸਾਂ ਕੋਲ 120 ਰੁਪਏ ਨੇ, ਉਸੇ ਮੀਡੀਅਮ ਹੈ ਤੇ 150 ਰੁਪਏ ਨੇ ਲਾਰਜ ਹੈ। ਅਸਲ ਮਾਰਕੀਟ ਜਿਸ ਟਾਈਮ ਵੀ ਆਉਣਾ ਹੋਵੇ ਤੇ ਲਾਜ਼ਮੀ ਤੁਸੀਂ ਇਹਨਾਂ ਕੋਲ ਆ ਕੇ ਆਈਸਕ੍ਰੀਮ ਖਾਣੀ ਹੈ ਤੇ ਕਮੇਟ ਵਿੱਚ ਜਿਹੜੇ ਲੋਕ ਖਾ ਕੇ ਚਲੇ ਗਏ ਉਹ ਵੀ ਆਪਣੀ ਰਾਏ ਤੁਸੀਂ ਲਾਜ਼ਮੀ ਦੇਈਓ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਫੀਆ ਮਾਲੇਲਾ ਪਾਕਿਸਤਾਨ ਜ਼ਿੰਦਾਬਾਦ।